ਹੈਲੋ ਜੀ, ਸਤਿ ਸ਼੍ਰੀ ਅਕਾਲ। ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਮੇਰਾ ਨਾਮ ਸੋਮਜੀਤ ਸਿੰਘ ਅਤੇ ਮੈਂ ਇੱਕ ਵਾਰੀ ਫਿਰ ਤੋਂ ਲੈ ਕੇ ਆਇਆ ਤੁਹਾਡੇ ਵਾਸਤੇ ਵੀਡੀਓਜ਼। ਇਹ ਵੀਡੀਓ ਸਿਰਫ ਜਿਹੜੇ ਜੋਬ ਰੈਡੀ ਕਰ ਰਹੇ ਨੇ ਜਾਂ ਜਿਹੜੇ ਸਕਿੱਲ ਅਸੈਸਮੈਂਟ ਕਰ ਰਹੇ ਨੇ ਐਜ਼ ਏ ਸ਼ੈਫ, ਇਹ ਵੀਡੀਓ ਉਹਨਾਂ ਵਾਸਤੇ ਆ। ਔਰ ਜਿੰਨੇ ਜਾਣੇ ਵੀ ਦੇਖ ਰਹੇ ਨੇ ਔਰ ਜਿੰਨੇ ਜਾਣੇ ਵੀ ਸਪੋਰਟ ਕਰ ਰਹੇ ਨੇ, ਸਾਰਿਆਂ ਦਾ ਧੰਨਵਾਦ। ਆਈ ਥਿੰਕ ਆਈ ਐਮ ਰੀਅਲੀ ਬਲੈਸਡ ਕਿ ਇੰਨਾ ਪਿਆਰ ਮਿਲ ਰਿਹਾ ਵਾ। ਹਰੇਕ ਮੈਨੂੰ ਮੈਸੇਜ ਕਰ ਰਹੇ ਨੇ ਅੱਡ ਅੱਡ ਜਗ੍ਹਾ ਤੋਂ, ਈਵਨ ਇੰਡੀਆ ਤੋਂ, ਨੇਪਾਲ ਤੋਂ, ਪਾਕਿਸਤਾਨ ਤੋਂ। ਦੇ ਆਰ ਸੈਂਡਿੰਗ ਮੀ ਲਵ, ਸੋ ਆਈ ਥਿੰਕ ਦੈਟਸ ਰੀਅਲੀ ਅਪਰੇਜ਼ਲ ਫੋਰ ਮੀ। ਜਿੰਨੇ ਜਾਣੇ ਵੀ ਤੁਸੀਂ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਸਪੋਰਟ ਕਰਦੇ ਹੋ, ਬਹੁਤ ਬਹੁਤ ਮਿਹਰਬਾਨੀ। ਇੱਕ ਦੋ ਚੀਜ਼ਾਂ ਦੱਸਣਾ ਚਾਹੂੰਗਾ ਕਿ ਤੁਸੀਂ ਜੇ ਅਕਾਊਂਟ ਨੂੰ ਫੋਲੋ ਨਹੀਂ ਕੀਤਾ ਜਾਂ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ। ਵੀਡੀਓ ਦੇ ਜਦੋਂ ਵੀਡੀਓਜ਼ ਦੇਖਦੇ ਹੋ ਨੇ, ਉੱਥੇ ਇੱਕ ਥੈਂਕਸ ਦਾ ਬਟਨ ਆਉਂਦਾ ਹੁੰਦਾ, ਤੁਸੀਂ ਉਹ ਥੈਂਕਸ ਵੀ ਕਰ ਸਕਦੇ ਹੋ। ਜਸ ਕਿ ਜੇ ਤੁਸੀਂ ਸਪੋਰਟ ਕਰਨਾ ਚਾਹੁੰਦੇ ਹੋ ਮੇਰੀਆਂ ਵੀਡੀਓਜ਼ ਨੂੰ, ਤੁਸੀਂ ਸਪੋਰਟ ਵੀ ਕਰ ਸਕਦੇ ਹੋ। ਤੁਹਾਡੀ ਮਰਜ਼ੀ ਹੈ, ਇਸ ਟੋਟਲੀ ਯੋਰ ਕਾਲ, ਹੈ ਨਾ। ਜੇ ਤੁਸੀਂ ਚਾਹੁੰਦੇ ਹੋ ਵੀ ਮੈਂ ਇੱਕ ਵਧੀਆ ਕੰਮ ਕਰ ਰਿਹਾ ਹਾਂ, ਸੋ ਵੀ ਆਈ ਨੀਡ ਯੋਰ ਸਪੋਰਟ, ਅਤੇ ਆਪਾਂ ਸਾਰੇ ਇਕੱਠੇ ਮਿਲ ਕੇ ਸਾਰਿਆਂ ਦੀ ਸਪੋਰਟ ਕਰ ਸਕਦੇ ਹਾਂ। ਸੋ ਐਵਰੀਬਡੀ ਨੋ ਕਿ ਇਟ ਕੰਜ਼ਿਊਮ ਟਾਈਮਸ, ਸਾਰਿਆਂ ਨੂੰ ਪਤਾ ਹੁੰਦਾ ਕਿ ਹਰੇਕ ਚੀਜ਼ ਦੇ ਉੱਪਰ ਟਾਈਮ ਕੰਜ਼ਿਊਮ ਹੁੰਦਾ ਵਾ। ਈਵਨ ਮੈਂ ਵੀਡੀਓ ਵੀ ਬਣਾ ਰਿਹਾ ਵਾਂ, ਸਟਿਲ ਇਟਸ ਕੋਸਟ ਮਾਈ ਟਾਈਮ। ਸੋ ਆਈ ਡੋਂਟ ਆਸਕ ਐਨੀਥਿੰਗ, ਬਟ ਇਹ ਆ ਵੀ ਤੁਸੀਂ ਦੇਖਦੇ ਦੇਖਦੇ ਸ਼ੇਅਰ ਕਰ ਦੋਗੇ, ਲਾਈਕ ਕਰ ਦੋਗੇ, ਕਮੈਂਟ ਕਰ ਦੋਗੇ, ਅਤੇ ਜੇ ਤੁਸੀਂ ਸਪੋਰਟ ਕਰਨਾ, ਤੁਸੀਂ ਸਪੋਰਟ ਵੀ ਕਰ ਸਕਦੇ ਹੋ ਥਰੂ ਵਾਚਿੰਗ ਮਾਈ ਵੀਡੀਓਜ਼, ਔਰ ਦੇਰ ਇਜ਼ ਏ ਆਪਸ਼ਨ ਥੈਂਕਸ ਦਾ, ਤੁਸੀਂ ਉਹ ਵੀ ਕਰ ਸਕਦੇ ਹੋ। ਅੱਜ ਦੀ ਜਿਹੜੀ ਵੀਡੀਓ ਆ, ਸਪੈਸ਼ਲੀ ਰੀਸੈਂਟ ਇੱਕ ਟੈਸਟ ਹੋਇਆ ਵਾ, ਉਹਦੇ ਬਾਰੇ ਗੱਲ ਕਰੂੰਗਾ। ਅਸੈਸਰ ਦਾ ਨਾਮ ਨਹੀਂ ਲੈ ਰਿਹਾ, ਰੀਜ਼ਨ ਉਹਦਾ ਇਹ ਹੈ ਕਿ ਓਫੈਂਡ ਹੋ ਜਾਂਦੇ ਅਸੈਸਰ। ਓਫੈਂਡ ਹੁੰਦਾ ਕਿ ਮਤਲਬ ਮੋਸਟਲੀ ਉਹਨਾਂ ਲੱਗਦਾ ਕਿ ਸਾਡਾ ਨਾਮ ਕਿਉਂ ਆਇਆ, ਹਾਲਾਂਕਿ ਆਪਾਂ ਕਦੇ ਵੀ ਕਿਸੇ ਅਸੈਸਰ ਦਾ ਪੂਰਾ ਨਾਮ ਨਹੀਂ ਲੈਂਦੇ, ਬਟ ਸਟਿਲ ਉਹਨਾਂ ਨੂੰ ਹੁੰਦਾ ਕਿ ਸਾਡਾ ਨਾਮ ਯੂਜ਼ ਹੋ ਰਿਹਾ। ਸੋ ਇੱਥੇ ਇੱਕ ਅਸੈਸਰ ਦੀ ਗੱਲ ਕਰੂੰਗਾ, ਰੀਸੈਂਟਲੀ ਟੈਸਟ ਹੋਇਆ ਸੀ, ਮੈਂ ਉਹਦੀ ਵੀਡੀਓ ਵੀ ਪਾਈ ਹੈ ਮੁੰਡੇ ਦੀ। ਮਤਲਬ ਮੁੰਡਾ ਜਿਹੜਾ ਸੀਗਾ, ਉਹਦੀ ਨੌਲੇਜ ਠੀਕ ਠਾਕ ਸੀਗੀ, ਲਾਈਕ ਹੀ ਵਾਜ਼, ਇੰਗਲਿਸ਼ ਵੀ ਉਹਦੀ ਇੰਨੀ ਜ਼ਿਆਦਾ ਵਧੀਆ ਨਹੀਂ ਸੀਗੀ, ਔਰ ਜਿਹੜਾ ਉਹਨੇ ਟੈਸਟ ਦਿੱਤਾ, ਅਸੈਸਰ ਇੰਨਾ ਕੁ ਜ਼ਿਆਦਾ ਖੁਸ਼ ਹੋਇਆ, ਇੰਨਾ ਕੁ ਜ਼ਿਆਦਾ ਖੁਸ਼ ਹੋਇਆ, ਅਸੈਸਰ ਉਹਨੂੰ ਆਪਦਾ ਪਰਸਨਲ ਨੰਬਰ ਦੇ ਕੇ ਗਿਆ, ਐਂਡ ਅਸੈਸਰ ਉਹਨੂੰ ਇਹ ਵੀ ਕਹਿ ਕੇ ਗਿਆ ਕਿ ਆਪਾਂ ਲੰਚ 'ਤੇ ਚੱਲਾਂਗੇ, ਜਦੋਂ ਵੀ ਤੂੰ ਫ੍ਰੀ ਹੋਇਆ ਮੈਨੂੰ ਜ਼ਰੂਰ ਦੱਸੀ, ਆਪਾਂ ਕਿਤੇ ਲੰਚ 'ਤੇ ਚੱਲਾਂਗੇ। ਐਂਡ ਅਸੈਸਰ ਨੇ ਉਹਨੂੰ ਆਪਦਾ ਜਿਹੜਾ ਪੈੱਨ ਹੁੰਦਾ ਵਾ ਕੰਪਨੀ ਦਾ, ਉਹ ਦਿੱਤਾ ਖੁਸ਼ ਹੋ ਕੇ। ਸੋ ਇਹਦਾ ਮਤਲਬ ਸਿੱਧੇ ਤੌਰ 'ਤੇ ਕਿ ਅਸੈਸਰ ਕਦੇ ਵੀ ਤੁਹਾਨੂੰ ਫੇਲ ਕਰਨ ਵਾਸਤੇ ਨਹੀਂ ਆਉਂਦੇ, ਪਹਿਲੀ ਗੱਲ। ਦੂਜੀ ਗੱਲ ਆ ਵੀ ਉਹ ਤੁਹਾਨੂੰ ਆਈਡੈਂਟੀਫਾਈ ਕਰਨ ਆਉਂਦੇ ਆ ਵੀ ਤੁਸੀਂ ਉਸ ਕੰਪਨੀ ਦੇ ਵਿੱਚ ਕੰਮ ਕਰ ਰਹੇ ਹੋ, ਐਂਡ ਕੰਟੀਨਿਊਸਲੀ ਯੂ ਆਰ ਇੰਪਰੂਵਿੰਗ ਯੋਰ ਸੈਲਫ। ਸ਼ੈਫ ਦਾ ਜਦੋਂ ਤੁਹਾਡੀ ਅਸੈਸਮੈਂਟ ਹੁੰਦੀ ਹੈ, ਤਾਂ ਮਤਲਬ ਇਹ ਨਹੀਂ ਗਾ ਕਿ ਤੁਹਾਨੂੰ ਸਾਰਾ ਕੁਛ ਆਉਣਾ ਚਾਹੀਦਾ, ਏ ਟੂ ਜੈਡ ਆਉਣਾ ਚਾਹੀਦਾ, ਬਟ ਤੁਹਾਨੂੰ ਬੇਸਿਕ ਚੀਜ਼ਾਂ ਬਾਰੇ, ਬੇਸਿਕ ਨੌਲੇਜ ਬਾਰੇ, ਜੋ ਤੁਸੀਂ ਐਸ ਪੀ ਵੀ ਆਰ ਜਿਹੜੀ ਰਿਪੋਰਟ ਫਾਈਲ ਕਰਦੇ ਹੋ ਜਾਂ ਜਿਹੜੀ ਉਹਨਾਂ ਨੂੰ ਭੇਜਦੇ ਹੋ, ਸਾਈਨ ਕਰਦੇ ਹੋ, ਉਹ ਵਾਲੇ ਟਾਸਕ ਤੁਹਾਡੇ ਰੈਗੂਲਰ ਹੋਣੇ ਚਾਹੀਦੇ ਆ, ਤੁਹਾਨੂੰ ਉਹਨਾਂ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਕਿ ਤੁਸੀਂ ਉਹ ਕਿਚਨ ਦੇ ਵਿੱਚ ਕਰਦੇ ਹੋ। ਪਹਿਲੀ ਚੀਜ਼ ਇਹ ਆ, ਅਸੈਸਰ ਹਮੇਸ਼ਾ ਬੜੇ ਕੋਆਪਰੇਟਿਵ ਹੁੰਦੇ ਨੇ। ਮੈਂ ਹਰੇਕ ਵੀਡੀਓ ਦੇ ਵਿੱਚ ਕਹਿੰਦਾ, ਮੈਨੂੰ ਪਰਟੀਕੁਲਰਲੀ ਸਾਰੇ ਪੁੱਛਦੇ ਨੇ ਕਿ ਅਸੈਸਰ ਕਿੱਦਾਂ ਦਾ, ਇਹਦਾ ਇਹ ਕਿੱਦਾਂ ਦਾ, ਇਹ ਕਿੱਦਾਂ ਦਾ। ਸਾਰੇ ਅਸੈਸਰ ਬਹੁਤ ਵਧੀਆ ਨੇ, ਜਿੰਨਿਆਂ ਨੂੰ ਵੀ ਮੈਂ ਅੱਜ ਤੱਕ ਮਿਲਿਆ ਜਾਂ ਜਿੰਨੇ ਮੇਰੇ ਸਟੂਡੈਂਟਸ ਨੇ ਮੈਨੂੰ ਦੱਸਿਆ ਵਾ, ਔਰ ਜਿਨ੍ਹਾਂ ਨੂੰ ਮੈਂ ਪਰਸਨਲੀ ਮਿਲਿਆ ਅਸੈਸਰਾਂ ਨੂੰ, ਔਰ ਜਿਹੜੇ ਮੇਰੇ ਫਰੈਂਡਸ ਵੀ ਆ, ਦੇ ਆਲ ਆਰ ਵੈਰੀ ਨਾਈਸ। ਤੁਹਾਨੂੰ ਇਹ ਚੀਜ਼ ਮੰਨਣੀ ਪੈਣੀ ਆ ਕਿ ਉਹ ਬਹੁਤ ਹੀ ਕੋਆਪਰੇਟਿਵ ਹੁੰਦੇ ਆ, ਦੇ ਆਰ ਵੈਰੀ ਕੈਜੂਅਲਸ। ਜੇ ਤੁਸੀਂ ਉਹਨਾਂ ਨਾਲ ਗੱਲਾਂ ਕਰਦੇ ਹੋ ਤਾਂ ਤੁਸੀਂ ਉਹਦੇ ਨਾਲ ਬੜਾ ਕੰਫਰਟੇਬਲ ਫੀਲ ਕਰਦੇ ਹੋ, ਐਂਡ ਮੇਕ ਸ਼ੋਰ ਕਰੋ ਵੀ ਆਪਦਾ ਜਿਹੜਾ ਮੋਮੈਂਟਮ ਉਹਨੂੰ ਲੂਜ਼ ਨਾ ਕਰੋ, ਕੌਨਫੀਡੈਂਟ ਰਹੋ, ਹਾਈਜੀਨ ਪ੍ਰੈਕਟਿਸ ਦਾ ਧਿਆਨ ਰੱਖੋ, ਐਂਡ
ਜੇ ਕਿਤੇ ਤੁਹਾਨੂੰ ਲੱਗਦਾ ਤੁਸੀਂ ਗਲਤ ਬੋਲ ਰਹੇ ਹੋ, ਯੂ ਕੈਨ ਟੇਕ ਪੌਜ਼ ਐਂਡ ਜਸਟ ਰੀਸਟਾਰਟ ਅਗੇਨ ਐਂਡ ਜਸਟ ਟੈਲ ਦੈਮ ਓ ਸੌਰੀ ਆਈ ਜਸਟ ਮਿਸਲੀਡ ਦੈਟ ਇਨਫੋਰਮੇਸ਼ਨ, ਆਹ ਵਾਲੀ ਇਨਫੋਰਮੇਸ਼ਨ ਹੁੰਦੀ ਆ। ਤਾਂ ਤੁਸੀਂ ਕਵਰ ਕਰ ਸਕਦੇ ਹੋ, ਇਟਸ ਨੋਟ ਅਬਾਊਟ ਕਿ ਇੱਕ ਵਾਰੀ ਤੁਸੀਂ ਬੋਲਿਆ ਰਿਕਾਰਡ ਹੋ ਗਿਆ ਉਸ ਤੋਂ ਬਾਅਦ ਤੁਸੀਂ ਬੋਲ ਨਹੀਂ ਸਕਦੇ। ਸੋ ਇਹ ਮੈਂ ਇੰਸੀਡੈਂਟ ਤਾਂ ਦੱਸ ਰਿਹਾ ਕਿ ਜਿਹੜੇ ਬੰਦੇ ਦੀ ਜਿਹੜੀ ਇੰਗਲਿਸ਼ ਵੀ 50-50 ਆ, ਉਹਨੂੰ ਕੰਮ ਦਾ ਵੀ ਇੰਨਾ ਨਹੀਂ ਵਧੀਆ ਪਤਾ, ਔਰ ਉਹ ਬੰਦੇ ਨੂੰ ਅਸੈਸਰ ਉਹਨੂੰ ਆਪਦਾ ਪੈੱਨ ਗਿਫਟ ਕਰਕੇ ਜਾਂਦਾ ਵਾ, ਆਪਦਾ ਨੰਬਰ ਦੇ ਕੇ ਜਾਂਦਾ ਵਾ, ਉਹਨੂੰ ਕਹਿੰਦਾ ਕਿ ਯੂ ਆਰ ਡੂਇੰਗ ਗੁੱਡ ਜੋਬ ਐਂਡ ਐਕਸਲੈਂਟ ਵਰਕ। ਸੋ ਇਸ ਤੋਂ ਵੱਡਾ ਐਪਰੀਸੀਏਸ਼ਨ ਕੀ ਹੋ ਸਕਦਾ। ਸੋ ਜਿੰਨੇ ਵੀ ਤੁਸੀਂ ਭੈਣ ਭਰਾ ਦੇਖ ਰਹੇ ਹੋ ਵੀਡੀਓ ਨੂੰ, ਸਪੋਰਟ ਕਰ ਰਹੇ ਹੋ, ਤੁਹਾਡੇ ਸਾਰਿਆਂ ਅੱਗੇ ਇਹੀ ਬੇਨਤੀ ਹੈ ਕਿ ਜਿਹੜੇ ਵੀ ਜੋਬ ਰੈਡੀ ਕਰ ਰਹੇ ਨੇ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰੋ, ਉਹਨਾਂ ਨੂੰ ਕਹੋ ਵੀ ਤੁਸੀਂ ਵੀਡੀਓਜ਼ ਦੇਖੋ, ਵੀਡੀਓਜ਼ ਦੇਖ ਕੇ ਇਸ ਤੋਂ ਨੋਟਸ ਬਣਾਓ, ਨੋਟਸ ਬਣਾ ਕੇ ਜਿਹੜੇ ਵੀ ਤੁਹਾਡੇ ਡਾਊਟਸ ਨੇ ਉਹ ਤੁਸੀਂ ਕਮੈਂਟ ਵਿੱਚ ਵੀ ਲਿਖ ਸਕਦੇ ਹੋ। ਜੇ ਤੁਸੀਂ ਚਾਹੁੰਦੇ ਹੋ ਪਰਟੀਕੁਲਰ ਕਿਸੇ ਚੀਜ਼ 'ਤੇ ਟੋਪਿਕ 'ਤੇ ਵੀਡੀਓ ਬਣੇ ਜਿਹਦੇ ਬਾਰੇ ਮੈਂ ਵੀ ਨਹੀਂ ਅਵੇਅਰ, ਬਟ ਤੁਹਾਡੇ ਕੋਲ ਉਹ ਕੁਐਸਚਨ ਸੁਣਿਆ ਜਾਂ ਕਿਸੇ ਅਸੈਸਰ ਕੋਲ ਸੁਣਿਆ, ਆਈ ਵਿਲ ਹੈਪੀ ਟੂ ਮੇਕ ਦੋਜ਼ ਵੀਡੀਓਜ਼ ਔਨ ਦੋਜ਼ ਟੋਪਿਕਸ, ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। ਸੋ ਮੈਨੂੰ ਇਹ ਹੁੰਦਾ ਕਿ ਐਟ ਦਾ ਐਂਡ ਸਾਰਿਆਂ ਨੂੰ ਇਨਫੋਰਮੇਸ਼ਨ ਮਿਲੇ ਅਤੇ ਸਾਰੇ ਟੈਸਟ ਪਾਸ ਕਰ। ਐ ਸਟੂਡੈਂਟ ਬਾਰੇ ਜਿਹੜੀ ਗੱਲ ਕਰ ਰਹੇ ਹਾਂ ਕਿ ਹੀ ਵਾਜ਼ ਰੀਅਲੀ ਹੈਪੀ, ਹੀ ਵਾਜ਼ ਥੈਂਕਿੰਗ ਅਲੋਟ, ਉਹਨੇ ਇੱਕ ਸੈਸ਼ਨ ਲਿੱਤਾ ਸੀ। ਸੈਸ਼ਨ ਜ਼ਰੂਰੀ ਨਹੀਂ ਗਾ, ਮੈਂ ਹਮੇਸ਼ਾ ਕਹਿੰਦਾ ਹੁੰਦਾ ਅਗਰ ਤੁਸੀਂ ਵੀਡੀਓਜ਼ ਨੂੰ ਪ੍ਰਿਸਾਈਜ਼ਲੀ ਚੈੱਕ ਕਰਦੇ ਹੋ, ਦੇਖਦੇ ਹੋ, ਨੋਟਸ ਬਣਾਉਂਦੇ ਹੋ, ਲਾਈਕ ਡਿਟਰਮੀਨੇਸ਼ਨ ਦੇ ਨਾਲ ਕਰਦੇ ਹੋ, ਤੁਸੀਂ ਉਹ ਚੀਜ਼ ਨੂੰ ਈਜ਼ਲੀ ਪਾਸ ਕਰ ਸਕਦੇ ਹੋ। ਔਰ ਇਹ ਚੀਜ਼ ਦਿਮਾਗ 'ਚ ਨਾ ਲੈ ਕੇ ਆਓ ਕਿ ਹਰ ਵਾਰੀ ਅਸੈਸਰ ਜਿਹੜਾ ਹੈਗਾ ਉਹ ਡਿਫਰੈਂਟ ਕੁਐਸਚਨ ਪੁੱਛਦਾ ਵਾ ਤੁਹਾਡੇ ਤੋਂ, ਨਹੀਂ, ਇਟਸ ਨੋਟ। ਹਮੇਸ਼ਾ ਅਸੈਸਰ ਤੁਹਾਡੇ ਤੋਂ ਸੇਮ ਇੱਕ ਤੁਹਾਨੂੰ ਅਸੈਸਮੈਂਟ ਪਲਾਨ ਭੇਜੂਗਾ, ਉਹ ਸੇਮ ਹੀ ਕੁਐਸਚਨ ਹੁੰਦੇ ਆ। ਈਵਨ ਜਿੰਨੀਆਂ ਵੀ ਬਾਡੀਜ਼ ਹੈਗੀਆਂ, ਚਾਹੇ ਆਪਾਂ ਗੱਲ ਕਰੀਏ ਵਿਲੀਅਮ ਐਂਗਲਿਸ ਕਾਲਜ ਹੋ ਗਿਆ ਜਾਂ ਜਿਹੜਾ ਸਕੂਲ ਹੋ ਗਿਆ, ਫਿਰ ਆਪਾਂ ਜੇ ਗੱਲ ਕਰੀਏ ਸੋਨੀ ਟੈਫ ਹੋ ਗਿਆ, ਜੇ ਆਪਾਂ ਗੱਲ ਕਰੀਏ ਟੀ ਆਰ ਵਾਲੇ ਹੋ ਗਏ, ਜੇ ਆਪਾਂ ਗੱਲ ਕਰੀਏ ਟੇਫ ਵਾਲੇ ਹੋ ਗਏ, ਜੇ ਆਪਾਂ ਗੱਲ ਕਰੀਏ ਵੈਟ ਐਸ ਐਸ ਵਾਲੇ ਹੋ ਗਏ, ਸੋ ਔਨ ਐਂਡ ਔਨ, ਠੀਕ ਹੈ। ਸੋ ਹਰੇਕ ਬ੍ਰਿਸਬਨ ਦੇ ਅੱਡ ਆ, ਜਿਹੜੇ ਟੈਫ ਵਾਲੇ ਆ, ਜਿਹੜੇ ਸਿਡਨੀ ਵਾਲੇ ਆ ਉਹਨਾਂ ਦੇ ਟੈਫ ਵਾਲੇ ਅੱਡ ਆ। ਸੋ ਡਿਫਰੈਂਟ ਬਾਡੀਜ਼ ਨੇ ਜਿਨ੍ਹਾਂ ਦੇ ਅਸੈਸਰ ਆਉਂਦੇ ਆ, ਬਟ ਉਹਨਾਂ ਦੀਆਂ ਜਿਹੜੀਆਂ ਅਸੈਸਮੈਂਟ ਪਲਾਨ ਆ ਉਹ ਪ੍ਰੀਟੀ ਮੱਚ ਸੇਮ ਆ, ਤੁਹਾਨੂੰ ਪੈਨਿਕ ਕਰਨ ਦੀ ਲੋੜ ਨਹੀਂ। ਸੋ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਅਗਰ ਤੁਸੀਂ ਇਹ ਵੀਡੀਓ ਟਿਕਟੋਕਸ 'ਤੇ ਦੇਖਦੇ ਹੋ ਤਾਂ ਮੇਕ ਸ਼ੋਰ ਕਰੋ ਟਿਕਟੋਕ ਦਾ ਕੋਈ ਪਤਾ ਨਹੀਂ ਕਦੋਂ ਬੰਦ ਹੋ ਜੇ। ਸੋ ਤੁਸੀਂ ਇੰਸਟਾਗ੍ਰਾਮ 'ਤੇ ਆਪਦੇ ਮੈਸੇਜ ਜਾਂ ਫਿਰ ਯੂਟਿਊਬ 'ਤੇ ਜਾਂ ਫੇਸਬੁੱਕ 'ਤੇ ਪਾ ਸਕਦੇ ਹੋ, ਐਂਡ ਆਈ ਹੈਪੀ ਟੂ ਅਸਿਸਟ ਯੂ। ਕੋਈ ਵੀ ਅਗਰ ਤੁਹਾਡਾ ਕੋਈ ਕੁਐਸਚਨ ਹੁੰਦਾ, ਕੋਈ ਕੁਐਰੀਜ਼ ਹੁੰਦੀਆਂ ਵਾ, ਐਂਡ ਫਿਰ ਫਰਦਰ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਕਿਸੇ ਵੀ ਚੀਜ਼ ਦੇ ਰਿਗਾਰਡਿੰਗ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਥਰੂ ਸੋਸ਼ਲ ਮੀਡੀਆਜ਼। ਐਂਡ ਇੱਦਾਂ ਦੀਆਂ ਮੈਂ ਹੋਰ ਵੀਡੀਓਜ਼ ਜਿਹੜੀਆਂ ਤੁਹਾਨੂੰ ਬੂਸਟ ਕਰੇ ਔਰ ਜਿਹੜੀਆਂ ਤੁਹਾਨੂੰ ਕੰਫੀਡੈਂਸ ਦੇਵੇ ਉਹ ਲੈ ਕੇ ਆਉਂਦਾ ਰਹੂੰਗਾ। ਜੇ ਤੁਹਾਡਾ ਕੋਈ ਵੀ ਕੁਐਰੀਜ਼ ਹੈਗੀ ਹੈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ, ਅਤੇ ਮਿਹਰਬਾਨੀ ਫਿਰ ਇੱਕ ਵਾਰੀ ਸਾਰਿਆਂ ਦੀ, ਜਿਹੜੇ ਲੋਕ ਇਸ ਵੀਡੀਓ ਨੂੰ ਸਪੋਰਟ ਕਰ ਰਹੇ ਨੇ, ਸ਼ੇਅਰ ਕਰ ਰਹੇ ਨੇ, ਲਾਈਕ ਕਰ ਰਹੇ ਨੇ, ਕਮੈਂਟ ਕਰ ਰਹੇ ਨੇ ਔਰ ਸਪੋਰਟ ਕਰ ਰਹੇ ਨੇ, ਸਾਰਿਆਂ ਦਾ ਦਿਲੋਂ ਧੰਨਵਾਦ। ਥੈਂਕ ਯੂ ਸੋ ਮੱਚ, ਤੁਹਾਨੂੰ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ। ਚੜ੍ਹਦੀ ਕਲਾ।